ਲੰਡਨ ਦੇ ਇਲਾਕੇ ਇਲਫੋਰਡ ਦੇ ਵਿੱਚ ਤਿੰਨ ਪੰਜਾਬੀਆਂ ਦੇ ਕਤਲ ਮਾਮਲੇ ਵਿੱਚੋਂ 30 ਸਾਲਾ ਗੁਰਜੀਤ ਸਿੰਘ ਨੂੰ ਦੋਸ਼ ਮੁਕਤ ਕਰ ਦਿੱਤਾ ਗਿਆ। ਉਸ ਨੇ ਜੋ ਵੀ ਕੀਤਾ ਉਹ ਸਵੈ ਸੁਰੱਖਿਆ ਲਈ ਕੀਤਾ ਸੀ। ਗੁਰਜੀਤ ਸਿੰਘ ਯੂਕੇ ਦਾ ਪਹਿਲਾ ਅਜਿਹਾ ਵਿਅਕਤੀ ਬਣ ਗਿਆ ਜੋ 30 ਕਤਲ ਮਾਮਲੇ 'ਚ ਦੋਸ਼ ਮੁਕਤ ਹੋਇਆ ਹੋਵੇ। ਮੈਟਰੋਪੋਲੀਟਨ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਗੁਰਜੀਤ ਸਿੰਘ ਨੂੰ ਕਤਲ ਜਾਂ ਕਤਲ ਦੇ ਕਾਰਨ ਬਣਨ ਦੇ ਦੋਸ਼ਾਂ ਵਿੱਚ ਚਾਰਜ ਨਹੀਂ ਕੀਤਾ ਗਿਆ ਹੈ। ਇਸ ਹਮਲੇ ਵਿੱਚ 3 ਲੋਕਾਂ 34 ਸਾਲਾ ਬਲਜੀਤ ਸਿੰਘ, 26 ਸਾਲਾ ਨਰਿੰਦਰ ਸਿੰਘ ਅਤੇ 22 ਸਾਲਾ ਹਰਿੰਦਰ ਕੁਮਾਰ ਦੀ ਮੌਤ ਹੋ ਗਈ ਸੀ, ਜਦਕਿ ਚੌਥੇ ਬਚੇ ਹਮਲਾਵਰ ਨੂੰ ਸਾਜ਼ਿਸ਼ ਵਿੱਚ ਸ਼ਾਮਲ ਹੋਣ ਅਤੇ 5ਵੇਂ ਵਿਅਕਤੀ ਨੂੰ ਅਗਸਤ ਵਿੱਚ ਕੈਦ ਦੀ ਸਜ਼ਾ ਸੁਣਾਈ ਗਈ ਸੀ। 29 ਸਾਲਾ ਸੰਦੀਪ ਸਿੰਘ ਵਾਸੀ ਰਮਫੋਰਡ ਯੂਕੇ ਵਿੱਚ ਵੀਜ਼ਾ ਮਿਆਦ ਲੰਘਣ ਤੋਂ ਬਾਅਦ ਗੈਰ ਕਾਨੂੰਨੀ ਢੰਗ ਦੇ ਨਾਲ ਰਹਿ ਰਿਹਾ ਸੀ। ਉਸ ਨੂੰ ਜ਼ਖਮੀ ਕਰਨ ਦੇ ਦੋਸ਼ਾਂ ਤਹਿਤ 4 ਸਾਲ ਕੈਦ ਦੀ ਸਜ਼ਾ ਹੋਈ ਸੀ ਅਤੇ ਸਜ਼ਾ ਹੋਣ ਤੋਂ ਬਾਅਦ ਭਾਰਤ ਮੋੜਿਆ ਜਾਵੇਗਾ। ਉਸ ਦਾ ਭਰਾ ਹਰਪ੍ਰੀਤ ਸਿੰਘ ਜੋ ਉਸ ਦਿਨ ਭੱਜਣ ਲਈ ਡਰਾਈਵਰ ਬਣਿਆ ਸੀ, ਉਸ ਦੀ ਵੀ ਵੀਜ਼ਾ ਮਿਆਦ ਖਤਮ ਹੋ ਗਈ ਸੀ। ਉਸ ਨੂੰ ਵੀ 12 ਮਹੀਨੇ ਦੀ ਸਜ਼ਾ ਖਤਮ ਹੋਣ ਤੋਂ ਬਾਅਦ ਭਾਰਤ ਵਾਪਸ ਮੋੜਿਆ ਜਾਵੇਗਾ। ਅਦਾਲਤ ਵਿੱਚ ਦਿਖਾਏ ਗਏ CCTV ਕੈਮਰਿਆਂ ਦੇ ਵੀਡੀਓ ਕਲਿੱਪਾਂ ਤੋਂ ਸਾਬਤ ਹੋਇਆ ਹੈ ਕਿ ਗੁਰਜੀਤ ਸਿੰਘ ਨੇ ਖੁਦ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। ਰੈਡ ਵਿਜੇ ਮੈਜਿਸਟ੍ਰੇਟ ਅਦਾਲਤ ਵਿੱਚ ਸੁਣਵਾਈ ਦੇ ਦੌਰਾਨ ਦੱਸਿਆ ਗਿਆ ਕਿ 7 ਕਿੰਗਜ਼ ਵਿਖੇ 19 ਜਨਵਰੀ ਨੂੰ ਗੁਰਜੀਤ ਸਿੰਘ 'ਤੇ ਉਸ ਸਮੇਂ ਹਮਲਾ ਹੋਇਆ ਜਦੋਂ ਉਹ ਗੁਰਦੁਆਰਾ ਸਾਹਿਬ ਤੋਂ ਘਰ ਜਾ ਰਿਹਾ ਸੀ। ਸਵੈ ਸੁਰੱਖਿਆ ਕਰਦਿਆਂ ਗੁਰਜੀਤ ਸਿੰਘ ਵੀ ਜ਼ਖਮੀ ਹੋ ਗਿਆ ਸੀ। ਹਮਲੇ ਤੋਂ ਪਹਿਲਾਂ ਹਮਲਾਵਰਾਂ ਨੇ ਗੁਰਜੀਤ ਸਿੰਘ ਨੂੰ ਗੁਰਦੁਆਰਾ ਸਾਹਿਬ ਵਿਖੇ ਵੇਖਿਆ ਸੀ, ਜਦਕਿ ਇੱਕ ਰਾਤ ਪਹਿਲਾਂ ਇਹ ਸਭ ਇੱਕ ਬੱਚੇ ਦੇ ਜਨਮਦਿਨ ਦੇ ਸਮਾਗਮ ਵਿੱਚ ਇਕੱਠੇ ਹੋਏ ਸਨ। ਪੁਲਿਸ ਬੁਲਾਰੇ ਨੇ ਕਿਹਾ ਕਿ ਗੁਰਜੀਤ ਸਿੰਘ ਨੂੰ ਕਤਲ ਮਾਮਲੇ ਵਿੱਚ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ, ਪਰ ਬਾਅਦ ਵਿੱਚ ਉਸ 'ਤੇ ਚਾਕੂ ਰੱਖਣ ਦੇ ਦੋਸ਼ ਲਗਾਏ ਗਏ, ਜਿਸ ਤੋਂ ਬਾਅਦ ਉਸ ਨੂੰ ਦੋਸ਼ ਮੁਕਤ ਕਰ ਦਿੱਤਾ ਗਿਆ ਸੀ। ਗੁਰਜੀਤ ਸਿੰਘ ਜੋ ਹਮਲੇ ਮੌਕੇ ਡੈਗਨਹੈਮ ਵਿਖੇ ਰਹਿ ਰਿਹਾ ਸੀ, ਉਸ ਦਾ ਵੀ ਯੂਕੇ ਦੇ ਵਿੱਚ ਵੀਜ਼ਾ ਮਿਆਦ ਲੰਘ ਚੁੱਕਿਆ ਹੈ। ਉਸ ਨੂੰ ਵੀ ਮਈ 2015 ਵਿੱਚ ਦੇਸ਼ ਛੱਡ ਕੇ ਚਲੇ ਜਾਣ ਦਾ ਨੋਟਿਸ ਜਾਰੀ ਕੀਤਾ ਸੀ। ਸਥਾਨਕ ਅੰਗਰੇਜ਼ੀ ਅਖਬਾਰ ਦੇ ਮੁਤਾਬਕ ਗੁਰਜੀਤ ਸਿੰਘ ਦੇ ਵਿਦਿਆਰਥੀ ਵੀਜ਼ਾ ਦੀ ਮਿਆਦ ਨਵੰਬਰ 2013 ਦੇ ਵਿੱਚ ਖਤਮ ਹੋ ਗਈ ਸੀ। ਮਨੁੱਖੀ ਅਧਿਕਾਰ ਕਾਨੂੰਨ ਦੇ ਤਹਿਤ ਉਸ ਦੀ ਦਿੱਤੀ ਅਰਜ਼ੀ 2015 ਵਿੱਚ ਰੱਦ ਹੋ ਗਈ ਸੀ। ਬਿਊਰੋ ਰਿਪੋਰਟ, ਆਵਾਜ਼ ਕੌਮ ਟੀਵੀ। ਲੰਡਨ ਦੇ ਇਲਾਕੇ ਇਲਫੋਰਡ ਦੇ ਵਿੱਚ 3 ਪੰਜਾਬੀਆਂ ਦੇ ਕਤਲ ਮਾਮਲੇ ਵਿੱਚੋਂ 30 ਸਾਲਾ ਗੁਰਜੀਤ ਸਿੰਘ ਨੂੰ ਦੋਸ਼ ਮੁਕਤ ਕਰ ਦਿੱਤਾ ਗਿਆ। ਉਸ ਨੇ ਜੋ ਵੀ ਕੀਤਾ ਉਹ ਸਵੈ ਸੁਰੱਖਿਆ ਲਈ ਕੀਤਾ ਸੀ। ਗੁਰਜੀਤ ਸਿੰਘ ਯੂਕੇ ਦਾ ਪਹਿਲਾ ਅਜਿਹਾ ਵਿਅਕਤੀ ਬਣ ਗਿਆ ਜੋ 30 ਕਤਲ ਮਾਮਲੇ 'ਚ ਦੋਸ਼ ਮੁਕਤ ਹੋਇਆ ਹੋਵੇ। ਮੈਟਰੋਪੋਲੀਟਨ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਗੁਰਜੀਤ ਸਿੰਘ ਨੂੰ ਕਤਲ ਜਾਂ ਕਤਲ ਦੇ ਕਾਰਨ ਬਣਨ ਦੇ ਦੋਸ਼ਾਂ ਵਿੱਚ ਚਾਰਜ ਨਹੀਂ ਕੀਤਾ ਗਿਆ ਹੈ। ਇਸ ਹਮਲੇ ਵਿੱਚ 3 ਲੋਕਾਂ, 34 ਸਾਲਾ ਬਲਜੀਤ ਸਿੰਘ, 26 ਸਾਲਾ ਨਰਿੰਦਰ ਸਿੰਘ ਅਤੇ 22 ਸਾਲਾ ਹਰਿੰਦਰ ਕੁਮਾਰ ਦੀ ਮੌਤ ਹੋ ਗਈ ਸੀ, ਜਦਕਿ ਚੌਥੇ ਬਚੇ ਹਮਲਾਵਰ ਨੂੰ ਸਾਜ਼ਿਸ਼ ਵਿੱਚ ਸ਼ਾਮਲ ਹੋਣ ਅਤੇ 5ਵੇਂ ਵਿਅਕਤੀ ਨੂੰ ਅਗਸਤ ਵਿੱਚ ਕੈਦ ਦੀ ਸਜ਼ਾ ਸੁਣਾਈ ਗਈ ਸੀ। 29 ਸਾਲਾ ਸੰਦੀਪ ਸਿੰਘ ਵਾਸੀ ਰਮਫੋਰਡ ਯੂਕੇ ਵਿੱਚ ਵੀਜ਼ਾ ਮਿਆਦ ਲੰਘਣ ਤੋਂ ਬਾਅਦ ਗੈਰ ਕਾਨੂੰਨੀ ਢੰਗ ਦੇ ਨਾਲ ਰਹਿ ਰਿਹਾ ਸੀ। ਉਸ ਨੂੰ ਜ਼ਖਮੀ ਕਰਨ ਦੇ ਦੋਸ਼ਾਂ ਤਹਿਤ 4 ਸਾਲ ਕੈਦ ਦੀ ਸਜ਼ਾ ਹੋਈ ਸੀ ਅਤੇ ਸਜ਼ਾ ਹੋਣ ਤੋਂ ਬਾਅਦ ਭਾਰਤ ਮੋੜਿਆ ਜਾਵੇਗਾ। ਉਸ ਦਾ ਭਰਾ ਹਰਪ੍ਰੀਤ ਸਿੰਘ ਜੋ ਉਸ ਦਿਨ ਭੱਜਣ ਲਈ ਡਰਾਈਵਰ ਬਣਿਆ ਸੀ, ਉਸ ਦੀ ਵੀ ਵੀਜ਼ਾ ਮਿਆਦ ਖਤਮ ਹੋ ਗਈ ਸੀ। ਉਸ ਨੂੰ ਵੀ 12 ਮਹੀਨੇ ਦੀ ਸਜ਼ਾ ਖਤਮ ਹੋਣ ਤੋਂ ਬਾਅਦ ਭਾਰਤ ਵਾਪਸ ਮੋੜਿਆ ਜਾਵੇਗਾ। ਅਦਾਲਤ ਵਿੱਚ ਦਿਖਾਏ ਗਏ CCTV ਕੈਮਰਿਆਂ ਦੇ ਵੀਡੀਓ ਕਲਿੱਪਾਂ ਤੋਂ ਸਾਬਤ ਹੋਇਆ ਹੈ ਕਿ ਗੁਰਜੀਤ ਸਿੰਘ ਨੇ ਖੁਦ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। ਰੈਡ ਵਿਜੇ ਮੈਜਿਸਟ੍ਰੇਟ ਅਦਾਲਤ ਵਿੱਚ ਸੁਣਵਾਈ ਦੇ ਦੌਰਾਨ ਦੱਸਿਆ ਗਿਆ ਕਿ 7 ਕਿੰਗਜ਼ ਵਿਖੇ 19 ਜਨਵਰੀ ਨੂੰ ਗੁਰਜੀਤ ਸਿੰਘ 'ਤੇ ਉਸ ਸਮੇਂ ਹਮਲਾ ਹੋਇਆ ਜਦੋਂ ਉਹ ਗੁਰਦੁਆਰਾ ਸਾਹਿਬ ਤੋਂ ਘਰ ਜਾ ਰਿਹਾ ਸੀ। ਸਵੈ ਸੁਰੱਖਿਆ ਕਰਦਿਆਂ ਗੁਰਜੀਤ ਸਿੰਘ ਵੀ ਜ਼ਖਮੀ ਹੋ ਗਿਆ ਸੀ। ਹਮਲੇ ਤੋਂ ਪਹਿਲਾਂ ਹਮਲਾਵਰਾਂ ਨੇ ਗੁਰਜੀਤ ਸਿੰਘ ਨੂੰ ਗੁਰਦੁਆਰਾ ਸਾਹਿਬ ਵਿਖੇ ਵੇਖਿਆ ਸੀ, ਜਦਕਿ ਇੱਕ ਰਾਤ ਪਹਿਲਾਂ ਇਹ ਸਭ ਇੱਕ ਬੱਚੇ ਦੇ ਜਨਮਦਿਨ ਦੇ ਸਮਾਗਮ ਵਿੱਚ ਇਕੱਠੇ ਹੋਏ ਸਨ। ਪੁਲਿਸ ਬੁਲਾਰੇ ਨੇ ਕਿਹਾ ਕਿ ਗੁਰਜੀਤ ਸਿੰਘ ਨੂੰ ਕਤਲ ਮਾਮਲੇ ਵਿੱਚ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ, ਪਰ ਬਾਅਦ ਵਿੱਚ ਉਸ 'ਤੇ ਚਾਕੂ ਰੱਖਣ ਦੇ ਦੋਸ਼ ਲਗਾਏ ਗਏ, ਜਿਸ ਤੋਂ ਬਾਅਦ ਉਸ ਨੂੰ ਦੋਸ਼ ਮੁਕਤ ਕਰ ਦਿੱਤਾ ਗਿਆ ਸੀ। ਗੁਰਜੀਤ ਸਿੰਘ ਜੋ ਹਮਲੇ ਮੌਕੇ ਡੈਗਨਹੈਮ ਵਿਖੇ ਰਹਿ ਰਿਹਾ ਸੀ, ਉਸ ਦਾ ਵੀ ਯੂਕੇ ਦੇ ਵਿੱਚ ਵੀਜ਼ਾ ਮਿਆਦ ਲੰਘ ਚੁੱਕਿਆ ਹੈ। ਉਸ ਨੂੰ ਵੀ ਮਈ 2015 ਵਿੱਚ ਦੇਸ਼ ਛੱਡ ਕੇ ਚਲੇ ਜਾਣ ਦਾ ਨੋਟਿਸ ਜਾਰੀ ਕੀਤਾ ਸੀ। ਸਥਾਨਕ ਅੰਗਰੇਜ਼ੀ ਅਖਬਾਰ ਦੇ ਮੁਤਾਬਕ ਗੁਰਜੀਤ ਸਿੰਘ ਦੇ ਵਿਦਿਆਰਥੀ ਵੀਜ਼ਾ ਦੀ ਮਿਆਦ ਨਵੰਬਰ 2013 ਦੇ ਵਿੱਚ ਖਤਮ ਹੋ ਗਈ ਸੀ। ਮਨੁੱਖੀ ਅਧਿਕਾਰ ਕਾਨੂੰਨ ਦੇ ਤਹਿਤ ਉਸ ਦੀ ਦਿੱਤੀ ਅਰਜ਼ੀ 2015 ਵਿੱਚ ਰੱਦ ਹੋ ਗਈ ਸੀ। ਬਿਊਰੋ ਰਿਪੋਰਟ, ਆਵਾਜ਼ ਕੌਮ ਟੀਵੀ।